ਤੁਸੀਂ ਸੁਣ ਰਹੇ ਹੋ ਐਫਐਮ 95 ਤੇ ਮੈਂ ਵਾਂ ਇਰਫਾਨ ਸਾਦਿਕ 12 ਰਬੀਉਲ ਅਵਲ ਦੇ ਬਾਬਰਕ ਦਿਨਾਂ ਦੇ ਵਿੱਚ ਨਾਤ ਦੇ ਕੁਝ ਸ਼ੇਰ ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂਦਾ ਤੇ ਨਾਤ ਸ਼ਰੀਫ ਤੋਂ ਪਹਿਲੇ ਇੱਕ ਸ਼ੇਰ ਸੁੰਨਾ ਕਿ ਇਹੋ ਵੱਡੀ ਨਿਸ਼ਾਨੀ ਏ ਤੇਰੇ ਦਰ ਦੇ ਗੁਲਾਮਾਂ ਦੀ ਇਹੋ ਵੱਡੀ ਨਿਸ਼ਾਨੀ ਏ ਤੇਰੇ ਦਰ ਦੇ ਗੁਲਾਮਾਂ ਦੀ ਕਿ ਆਵਾਜ਼ ਆਉਂਦੀ ਏ 사ਵਾ ਚੋਂ ਦਰੋਦਾ ਤੇ ਸਲਾਮਾਂ ਦੀ ਇਹੋ ਵੱਡੀ ਨਿਸ਼ਾਨੀ ਹੈ ਤੇਰੇ ਦਰ ਦੇ ਗੁਲਾਮਾਂ ਦੀ ਕਿ ਆਵਾਜ਼ ਆਉਂਦੀ ਹੈ ਸਾਹਾਂ ਚੋਂ ਦਰੋਦਾ ਤੇ ਸਲਾਮਾਂ ਦੀ ਤੇ 나ਤ ਸ਼ਰੀਫ ਦੇ ਕੁਝ ਸ਼ੇਰ ਦੇਖਣਾ ਜੀ ਕਿ 나ਤ نبی ਦੀ ਮਹਿਫਲ ਦੇ ਵਿੱਚ ਜਦ ਮੈਂ ਪੜ ਸੁਣਾਵਾ 나ਤ نبی ਦੀ ਮਹਿਫਲ ਦੇ ਵਿੱਚ ਜਦ ਮੈਂ ਪੜ ਸੁਣਾਵਾ ਜੁੱਸੇ ਦੇ ਵਿੱਚ ਚੁੱਲ ਪੈਂਦੀਆਂ ਨੇ ਠੰਡੀਆਂ ਠਾਰ ਹਵਾਵਾਾਂ ਜੁਸੇ ਦੇ ਵਿੱਚ ਝੁੱਲ ਪੈਂਦੀਆਂ ਨੇ ਠੰਡੀਆਂ ਠਾਰ ਹਵਾਵਾਂ ਤੇ ਸੋਚ ਮੇਰੀ ਦੀ ਡੂੰਘੀ ਆਈ ਦੇ ਕੁੱਪ ਹਨੇਰੇ ਅੰਦਰ ਸੋਚ ਮੇਰੀ ਦੀ ਡੂੰਘੀ ਆਈ ਦੇ ਕੁੱਪ ਹਨੇਰੇ ਅੰਦਰ ਚਾਨਣ ਬਣ ਕੇ ਡਲਕਾ ਮਾਰੇ ਉਹਨਾਂ ਦਾ ਪਰਛਾਵਾਂ ਸੋਚ ਮੇਰੀ ਦੀ ਡੂੰਘੀ ਆਈ ਦੇ ਕੁੱਪ ਹਨੇਰੇ ਅੰਦਰ ਚਾਨਣ ਬਣ ਕੇ ਡਲਕਾ ਮਾਰੇ ਉਹਨਾਂ ਦਾ ਪਰਛਾਵਾਂ ਤੇ ਨਾਮ ਉਹਨਾਂ ਦਾ ਜਦ ਵੀ ਮੇਰੇ ਬੁੱਲਾ ਉੱਤੇ ਆਵੇ ਤੇ ਨਾਮ ਉਹਨਾਂ ਦਾ ਜਦ ਵੀ ਮੇਰੇ ਬੁੱਲਾ ਉੱਤੇ ਆਵੇ ਸਰਦੀ ਬਲਦੀ ਧੁੱਪ ਵੀ ਸਿਰ ਤੇ ਕਰ ਦਿੰਦੀ ਏ ਛਾਵਾਂ ਨਾਮ ਉਹਨਾਂ ਦਾ ਜਦ ਵੀ ਮੇਰੇ ਬੁੱਲਾ ਉੱਤੇ ਆਵੇ ਸਰਦੀ ਬਲਦੀ ਧੁੱਪ ਵੀ ਸਿਰ ਤੇ ਕਰ ਦਿੰਦੀ ਏ ਛਾਵਾਂ ਤੇ ਕਰਮਾਂ ਵਾਲੇ ਸਾਲੋ ਸਾਲ ਹੀ ਆਉਂਦੇ ਜਾਂਦੇ ਰਹਿੰਦੇ ਕਰਮਾ ਵਾਲੇ ਸਾਲੋ ਸਾਲ ਹੀ ਆਉਂਦੇ ਜਾਂਦੇ ਰਹਿੰਦੇ ਮੈਂ ਵਰਿਆਂ ਤੋਂ ਚੁੱਪ ਚਪੀਤਾ ਵੇਖੀ ਜਾਵਾਂ ਰਾਵਾਂ ਮੈਂ ਵਰਿਆਂ ਤੋਂ ਚੁੱਪ ਚਪੀਤਾ ਵੇਖੀ ਜਾਵਾਂ ਰਾਵਾਂ ਕਰਮਾ ਵਾਲੇ ਸਾਲੋ ਸਾਲ ਹੀ ਆਉਂਦੇ ਜਾਂਦੇ ਰਹਿੰਦੇ ਮੈਂ ਮੁੱਦਤ ਤੋਂ ਚੁੱਪ ਚਪੀਤਾ ਵੇਖੀ ਜਾਵਾਂ ਰਾਵਾਂ ਤੇ ਜੇ ਸਵਰਕੇ ਤੇ ਨਾਮ ਉਹਨਾਂ ਦਾ ਵੇਖਾਂ ਲਿਖਿਆ ਹੋਇਆ ਜੇ ਸਰਕੇ ਤੇ ਨਾਮ ਉਹਨਾਂ ਦਾ ਵੇਖਾਂ ਲਿਖਿਆ ਹੋਇਆ ਚਮਚੁਮਖੀਆਂ ਦੇ ਨਾਲ ਲਾਵਾਂ ਸਦਕੇ ਵਾਰੀ ਜਾਵਾਂ ਚਮਚੁਮਖੀਆਂ ਦੇ ਨਾਲ ਲਾਵਾਂ ਸਦਕੇ ਵਾਰੀ ਜਾਵਾਂ ਤੇ ਦਿਲ ਵਿੱਚ ਤਾਂਗ ਮਦੀਨੇ ਵਾਲੀ ਲੈ ਕੇ ਬੈਠਾ ਹੋਇਆ ਦਿਲ ਵਿੱਚ ਤਾਂਗ ਮਦੀਨੇ ਵਾਲੀ ਲੈ ਕੇ ਬੈਠਾ ਹੋਇਆ ਨਜ਼ਰ ਕਰਮ ਦੀ ਇੱਕ ਵਾਰੀ ਮੈਂ ਰੋਜ਼ਾ ਵੇਖਣ ਜਾਵਾਂ ਦਿਲ ਵਿੱਚ ਤਾਂਗ ਮਦੀਨੇ ਵਾਲੀ ਲੈ ਕੇ ਬੈਠਾ ਹੋਇਆ ਨਜ਼ਰ ਕਰਮ ਦੀ ਇੱਕ ਵਾਰੀ ਮੈਂ ਰੋਜ਼ਾ ਵੇਖਣ ਜਾਵਾਂ ਤੇ ਉਹਨਾਂ ਵਰਗਾ ਜਗ ਤੇ ਨਾ ਕੋਈ ਆਉਣਾ ਨਾ ਕੋਈ ਆਇਆ ਉਹਨਾਂ ਵਰਗਾ ਜਗ ਤੇ ਨਾ ਕੋਈ ਆਉਣਾ ਨਾ ਕੋਈ ਆਇਆ ਪੱਥਰ ਖਾ ਕੇ ਵੀ ਦੁਸ਼ਮਣ ਨੂੰ ਜਿਹੜੇ ਦੇਣ ਦਵਾਵਾਂ ਪੱਥਰ ਖਾ ਕੇ ਵੀ ਦੁਸ਼ਮਣ ਨੂੰ ਜਿਹੜੇ ਦੇਣ ਦਵਾਵਾਂ ਤੇ ਇੱਕ ਹੋਰ ਨਾਦ ਦੇ ਕੋ ਸ਼ੇਰ ਮੈਂ ਇਰਫਾਨ ਸਾਦਿਕ ਐਫਐਮ 95 ਤੋਂ ਤੁਹਾਡੇ ਨਾਲ ਹਮਕਲਾਮ ਆ ਤੇ ਇਸ ਰਾਤ ਦੇ ਵੀ ਕੋ ਸ਼ੇਰ ਦੇਖੋ ਜੀ ਤੇ ਪਲ ਪਲ ਨੂਰ ਪਈ ਵੰਡੇ ਸਿਰਤ ਉਹਨਾਂ ਦੀ ਪਲ ਪਲ ਨੂਰ ਪਈ ਵੰਡੇ ਸਿਰਤ ਉਹਨਾਂ ਦੀ ਕੁੱਪ ਹਨੇਰੇ ਚਾਨਣ ਸੂਰਤ ਉਹਨਾਂ ਦੀ ਪਲ ਪਲ ਨੂਰ ਪਈ ਵੰਡੇ ਸਿਰਤ ਉਹਨਾਂ ਦੀ ਕੋਪਾ ਹਨੇਰੇ ਚਾਨਣ ਸੂਰਤ ਉਹਨਾਂ ਦੀ ਤੇ ਦਿਲ ਵਿੱਚ ਸਜਰੇ ਫੁੱਲ ਗੁਲਾਬ ਦੇ ਖਿਲਦੇ ਨੇ ਦਿਲ ਵਿੱਚ ਸਜਰੇ ਫੁੱਲ ਗੁਲਾਬ ਦੇ ਖਿਲਦੇ ਨੇ ਜਦ ਵੀ ਕਰਨਾ ਵਾਂ ਮ ਮਦحت ਉਹਨਾਂ ਦੀ ਦਿਲ ਵਿੱਚ ਸਜਰੇ ਫੁੱਲ ਗੁਲਾਬ ਦੇ ਖਿਲਦੇ ਨੇ ਜਦ ਵੀ ਕਰਨਾ ਵਾਂ ਮ ਮਦحت ਉਹਨਾਂ ਦੀ ਤੇ ਰੋਜ਼ ਮੈਂ ਇੱਕੋ ਆਸ ਨੂੰ ਲੈ ਕੇ ਸੋਨਾ ਵਾਂ ਰੋਜ਼ ਮੈਨੂੰ ਆਸ ਨੂੰ ਲੈ ਕੇ ਸੌਂਨਾ ਵਾਂ ਖਾਬਾਂ ਵਿੱਚ ਹੋ ਜਾਏ ਜ਼ਿਆਰਤ ਉਹਨਾਂ ਦੀ ਰੋਜ਼ ਮੈਨੂੰ ਆਸ ਨੂੰ ਲੈ ਕੇ ਸੌਂਨਾ ਵਾਂ ਖਾਬਾਂ ਵਿੱਚ ਹੋ ਜਾਏ ਜ਼ਿਆਰਤ ਉਹਨਾਂ ਦੀ ਤੇ ਸ਼ੇਰ ਦੇਖਣਾ ਕਿ ਸੁੱਕੇ ਰੁੱਖ ਵੀ ਮੋੜ ਪੁੰਗਰਨ ਲੱਗ ਪੈਂਦੇ ਨੇ ਸੁੱਕੇ ਰੁੱਖ ਵੀ ਮੋੜ ਪੁੰਗਰਨ ਲੱਗ ਪੈਂਦੇ ਨੇ ਜਿਸ ਪਾਸੇ ਵੀ ਵਸੇ ਰਹਿਮਤ ਉਹਨਾਂ ਦੀ ਜਿਸ ਪਾਸੇ ਵੀ ਵਸੇ ਰਹਿਮਤ ਉਹਨਾਂ ਦੀ ਸੁੱਕੇ ਰੁੱਖ ਵੀ ਮੁਰੜ ਪੁੰਗਰਨ ਲੱਗ ਪੈਂਦੇ ਨੇ ਜਿਸ ਪਾਸੇ ਵੀ ਵਸੇ ਰਹਿਮਤ ਉਹਨਾਂ ਦੀ ਤੇ ਜੇ ਜੰਨਤ ਦੇ ਬਾਗਾਂ ਵਿੱਚ ਤੂੰ ਜਾਣਾ ਏ ਜੇ ਜੰਨਤ ਦੇ ਬਾਗਾਂ ਵਿੱਚ ਤੂੰ ਜਾਣਾ ਏ ਸਿੱਧਾ ਰਾਹੀ ਦੱਸਦੀ ਸੁਨਤ ਉਹਨਾਂ ਦੀ ਜੇ ਜੰਨਤ ਬਾਗਾਂ ਵਿੱਚ ਤੂੰ ਜਾਣਾ ਏ ਸਿੱਧਾ ਰਾਹ ਪਈ ਦੱਸਦੀ ਸੁਨਤ ਉਹਨਾਂ ਦੀ ਤੇ ਅੱਖਾਂ ਵਿੱਚੋਂ ਹੰਝੂ ਕਿਰਦੇ ਰਹਿੰਦੇ ਨੇ ਅੱਖਾਂ ਵਿੱਚੋਂ ਹੰਝੂ ਕਿਰਦੇ ਰਹਿੰਦੇ ਨੇ ਦਿਲ ਕਰਦਾ ਏ ਜਦੋਂ ਤਲਾਵਤ ਉਹਨਾਂ ਦੀ ਅੱਖਾਂ ਵਿੱਚੋਂ ਹੰਝੂ ਕਿਰਦੇ ਰਹਿੰਦੇ ਨੇ ਦਿਲ ਕਰਦਾ ਏ ਜਦੋਂ ਤਲਾਵਤ ਉਹਨਾਂ ਦੀ ਦਿਲ ਕਰਦਾ ਏ ਜਦੋਂ ਤਲਾਵਤ ਉਹਨਾਂ ਦੀ ਤੇ ਸ਼ੇਰ ਇਹ ਕਿ ਜੇਸ ਵੇਲੇ ਮੈਂ 나ਤ نبی ਦੀ ਲਿਖਣਾ ਵਾਂ ਜੇਸ ਵੇਲੇ ਮੈਂ 나ਤ نبی ਦੀ ਲਿਖਣਾ ਵਾਂ ਮਿਲ ਜਾਂਦੀ ਏ ਮੈਨੂੰ قربਤ ਉਹਨਾਂ ਦੀ ਜੇਸ ਵੇਲੇ ਮੈਂ 나ਤ نبی ਦੀ ਲਿਖਣਾ ਵਾਂ ਮਿਲ ਜਾਂਦੀ ਏ ਮੈਨੂੰ قربਤ ਉਹਨਾਂ ਦੀ ਤੇ ਆਖਰੀ ਸ਼ੇਰ ਇਹ ਕਿ ਮੈਂ ਇਰਫਾਨ ਬੜਾਈ ਪਾਗਾ ਵਾਲਾ ਵਾਂ ਮੈਂ ਇਰਫਾਨ ਬੜਾਈ ਪਾਗਾ ਵਾਲਾ ਆ ਮੇਰਾ ਦੀਨ ਇਮਾਨ ਮੁਹੱਬਤ ਉਹਨਾਂ ਦੀ ਮੇਰਾ ਦੀਨ ਇਮਾਨ ਮੁਹੱਬਤ ਮੈਂ ਇਰਫਾਨ ਬੜਾਈ ਪਾਗਾ ਵਾਲਾ ਆ ਮੇਰਾ ਦੀਨ ਇਮਾਨ ਮੁਹੱਬਤ ਉਹਨਾਂ ਦੀ ਪਲ ਪਲ ਨੂਰ ਪੀਵੰਡੇ ਸਿਰਤ ਉਹਨਾਂ ਦੀ ਕੁੱਪ ਹਨੇਰੇ ਚਾਨਣ ਸੂਰਤ ਉਹਨਾਂ ਦੀ ਮੈਂ ਇਰਫਾਨ ਸਾਦਿਕ ਤੁਹਾਡੇ ਨਾਲ ਹਮ ਕਲਾਮ ਸਾਂ ਆਪਣੀਆਂ ਨਾਤਾਂ ਪੇਸ਼ ਕਰ ਰਿਹਾ ਸਾਂ ਤੇ ਹੁਣ ਇਜਾਜ਼ਤ ਦਿਓ ਜੀ ਬਹੁਤ ਸ਼ੁਕਰੀਆ ਰੱਬ ਰਾਖਾ ਜੀ